ਹੁਣ ਕੋਈ ਆਏਗਾ ਕਿ ਪਿਛਾ ਜਾ ਕੇ ਭੱਜ ਉਹ ਕੋਈ ਤੇ ਆਓ ਉਹ ਕੀ ਆ ਉਹ ਤੂੰ ਕੀ ਹੋਇਆ ਕੀ ਹੈ ਉਹ ਮਤਲਬ ਕਿਉਂ ਨਹੀਂ ਬਾਲਿਆ ਮੈਂ ਆਗਾ ਪਤਾ ਨਹੀਂ ਕੋਈ ਗੱਲ ਕਰਨ ਲੱਗਾ ਅੱਛਾ ਤੂੰ ਹੈ ਕੌਣ ਵੈਸੇ ਮੈਨੂੰ ਨਹੀਂ ਜਾਣਦਾ ਮੈਂ ਚੌਧਰੀ ਸ਼ੋਕਾ ਪਿੰਡੋਂ ਆਇਆ ਤੈਨੂੰ ਵੇਖਿਆ ਪਹਿਲੀ ਵਾਰੀ ਤੂੰ ਜਾਣਨ ਦੀ ਗੱਲ ਕਰ ਮੈਂ ਚੌਧਰੀ ਸ਼ੋਕਾ ਪਿੰਡੋਂ ਆਇਆ ਅੱਛਾ ਮੈਂ ਇੱਥੇ ਕਮਰਾ ਲੈਣ ਆਇਆ ਅੱਛਾ ਫਿਲਮ ਬਣਾਉਣੀ ਹੈ ਚਾਚੇ ਦੇ ਮੁੰਡੇ ਨੇ ਪਾਇਆ ਸੈਨਮਾ ਅੱਛਾ ਅੱਬੇ ਨੇ ਕਿਹਾ ਆਪਣੀ ਫਿਲਮ ਬਣਾ ਕੇ ਪਹਿਲੀ ਫਿਲਮ ਉੱਥੇ ਲਾਉਣੀ ਆ ਅੱਛਾ ਮੈਨੂੰ ਫਿਲਮ ਚਾਹੀਦੀ 10 ਦਿਨ ਦੇ ਵਿੱਚ ਮਸਲਾ ਹੀ ਕੋਈ ਨਹੀਂ ਜਿੱਥੇ ਫਿਲਮਾਂ ਬਣਦੀਆਂ ਮੈਂ ਆਉਂਦਾ ਜਾਂਦਾ ਰਹਿਣਾ ਫਿਲਮ ਬਣ ਕੇ 10 ਦਿਨ ਫਿਰ 8 ਦਿਨਾਂ 'ਚ ਬਣਾ ਦਿਆਂ ਅੱਛਾ ਅਸਲਾਮ ਅਲੈਕੁਮ ਉਹ ਹੋਇਆ ਕੀ ਮੈਨੂੰ 10 ਦਿਨ ਚਾਹੀਦੇ 2 ਦਿਨ ਕਿੱਥੇ ਚੱਕੀ ਫਿਰੂ ਮੈਂ ਓਏ ਜ਼ਰਾ ਅੱਲਾ ਦੇ ਆ ਬੰਦਿਆ ਤੈਨੂੰ ਚਾਹੀਦੀ 10 ਦਿਨ 'ਚ ਮੈਂ ਬਣਾ ਦਿਆਂਗਾ 8 ਦਿਨ 'ਚ 2 ਦਿਨ ਫ੍ਰਿਜ 'ਚ ਰੱਖ ਲੈ ਬੱਲੇ ਵੀ ਤੇਰੇ ਚੱਲੋ ਤਾਂ ਪਹਿਲੇ ਠੰਡੀ ਹੋ ਜਾਵੇ ਬੱਲੇ ਤੇਰੇ ਅਸਲਾਮ ਅਲੈਕੁਮ ਉਹ ਗੱਲ ਅੱਛਾ ਚੱਲ 10 ਦਿਨ ਚ ਬਣਾ ਦੇ ਪੱਕੀ ਗੱਲ ਹੈ ਲੇਕਿਨ ਪੈਸੇ ਜ਼ਿਆਦਾ ਲੱਗਣ ਉਹ ਪੈਸੇ ਨਹੀਂ ਟੈਨਸ਼ਨ ਨਹੀਂ ਲੈਣੀ ਚੌਧਰੀ ਸ਼ੋਕੇ ਦੇ ਹੁੰਦੇ ਆ ਬਹਿ ਜਾ ਬੋਤਲ ਫੜ ਲੈ ਚੌਧਰੀ ਸ਼ੋਕੇ ਦੇ ਹੁੰਦੇ ਆ ਪੈਸੇ ਦੀ ਟੈਨਸ਼ਨ ਨਹੀਂ ਲੈਣੀ ਅੱਛਾ ਤੈਨੂੰ ਇੱਕ ਗੱਲ ਸੁਣਾਵਾਂ ਮੈਂ ਆ ਰਿਹਾ ਗੱਡੀ 'ਚ ਬੈਠਾ ਮੈਂ ਤਾਂ ਅਗਲੀ ਸੀਟ ਤੇ ਬਹਿ ਗਈ ਇੱਕ ਔਰਤ ਇੱਕ ਬੱਚਾ ਮੈਂ ਸਟਾਫ ਤੇ ਉਤਰਨ ਲੱਗਾ ਔਰਤ ਬੱਚੇ ਨੂੰ ਕਹਿੰਦੀ ਬੇਟਾ ਬਿਸਕਟ ਖਾ ਲਓ ਨਹੀਂ ਤਾਂ ਮੈਂ ਅੰਕਲ ਕੋ ਦੇ ਦੂੰਗੀ ਉਸਤਾਦ ਜੀ ਆਪਾਂ ਉੱਥੇ ਹੀ ਇਕੱਠੀ ਹੋ ਗਏ ਅਗਲੇ ਸਟਾਫ ਤੇ ਗਏ ਮੈਂ ਫੇਰ ਉਤਰਨ ਲੱਗਾ ਬੱਚੀ ਕਹਿੰਦੀ ਔਰਤ ਬੱਚੇ ਨੂੰ ਕਹਿੰਦੀ ਬੇਟਾ ਬਿਸਕਿਟ ਖਾ ਲਓ ਨਹੀਂ ਤਾਂ ਮੈਂ ਅੰਕਲ ਕੋ ਦੇ ਦੂੰਗੀ ਆਪਾਂ ਫੇਰ ਰੁਕ ਗਏ ਤੀਸਰੇ ਸਟਾਫ ਤੇ ਇਦਾਂ ਵੀ ਚੌਥੇ ਤੇ ਔਰਤ ਬੋਲਣ ਲੱਗੀ ਮੈਂ ਮੂੰਹ ਫੜ ਲਿਆ ਮੈਂ ਕਿਹਾ ਬੀਬੀ ਬਿਸਕਿਟ ਦੇਣੇ ਦੇ ਤੇਰੇ ਚੱਕਰ 'ਚ 4 ਸਟਾਫ ਅੱਗੇ ਆ ਗਿਆ ਮੈਂ ਲਓ ਕਰ ਲਓ ਗੱਲ ਸ਼ਹਿਰ 'ਚ ਰਹਿੰਦੇ ਭੁੱਖੇ ਚੌਧਰੀ ਸ਼ੋਕਾ ਜਦੋਂ ਵੀ ਪਿੰਡੋਂ ਆਉਂਦਾ ਕੁਛ ਨਾ ਕੁਛ ਲੈ ਕੇ ਆਉਂਦਾ ਕੀ ਪਤਾ ਕਿਹੜੀਆਂ ਦੁਕਾਨਾਂ ਬੰਦ ਹੋਣ ਇੱਥੇ ਪਿੰਡੋਂ ਆਇਆ ਕੋਈ ਦੇਸੀ ਮੁਰਗੀ ਸ਼ੁਰਗੀ ਲੈ ਕੇ ਆਇਆ ਹੈਗਾ ਹੈ ਕੀ ਵੈਸੇ ਖਾ ਖਾ ਲਫੜ ਖਾ ਨਹੀਂ ਮਤਲਬ ਖਾਣਾ ਫਰਸ਼ ਨਾਲ ਨਹੀਂ ਕੋਈ ਸਾਲਣ ਸੁਲਣ ਅੱਲਾ ਇੰਨਾ ਖਾ ਇਹ ਦੁਨੀਆ ਦਾ ਪਹਿਲਾ ਸਾਲਣ ਜਿਹੜਾ ਐਡਾ ਗੋਲ ਖਾ ਖਾ ਕੋਈ ਨਹੀਂ ਖਾ ਖਾ ਅੱਛਾ ਵੀ ਤੁਸੀਂ ਕਦੀ ਸਾਲਣ ਦੇਖਿਆ ਹੋਵੇ ਜਿਹੜਾ ਛਿੱਲ ਕੇ ਖਾਣਾ ਪਏ ਉਹ ਸਾਡੇ ਨੌਕਰ ਜੋ ਜੋ ਪਕਾ ਦਿੰਦੇ ਸੀ ਖਾ ਲੈਂਦੇ ਆ ਖਾ ਖਾ ਤੂੰ ਕੋਈ ਨਹੀਂ ਖਾ ਖਾ ਮਿਰਚਾਂ ਨਹੀਂ ਲੱਗੀਆਂ ਨਹੀਂ ਮਿਰਚਾਂ ਤਾਂ ਨਹੀਂ ਲੱਗੀਆਂ ਵੈਸੇ ਇਹ ਲਵੇਂ 5 ਪਈਆਂ ਚੱਲ ਖਾ 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 ਹੈਲੋ ਹਾਂਜੀ ਮੈਂ ਪਹੁੰਚ ਗਿਆ ਕੌਣ ਹੈ ਜੋਤੀ ਵੱਜੀ ਆ ਯਾਰ ਕੌਣ ਨੌਕਰ ਆ ਨੌਕਰ ਮਾਂ ਜੋਤੀ ਵੱਜੀ ਆ ਯਾਰ ਉਹ ਕੀ ਹੋ ਗਿਆ ਮਾਂ ਜੋਤੀ ਵੱਜੀ ਤਨਖਾਹ ਮਿਲ ਜੂਗੀ ਮਿਲ ਜੂਗੀ ਉਹ ਦੇਖੋ ਇਹ ਗਾੜਾ ਨਾ ਕੱਢ ਤਨਖਾਹ ਮਿਲ ਜੂਗੀ ਅੱਛਾ ਚੱਲ ਖਾ ਰਿਹਾ ਗਲਿਆ ਸਹੀ ਆ ਅੱਧਾ ਕਿਤੇ ਗਲੇ ਆਈ ਹੈ ਚੱਲ ਸਾਡੇ ਨੌਕਰ ਜੋ ਪਕਾ ਦਿੰਦੇ ਸੀ ਖਾ ਖੁੱਲੀ ਦਾ ਖਾ ਖਾ ਕੋਈ ਨੀ ਖਾ ਰਹੇ ਆਪਾਂ ਦੇਖੀ ਧਿਆਨ ਨਾਲ ਹੱਡੀ ਨਾ ਮੂੰਹ ਚ ਮਰਵਾ ਲਈ ਖਾ ਖਾ ਕੀ ਹੋ ਗਿਆ ਕੀ ਹੋਇਆ ਹੈਲੋ ਹਾਂਜੀ ਆਪਾ ਜੀ ਮੈਂ ਪਹੁੰਚ ਗਿਆ ਹਾਂਜੀ ਬਿਲਕੁਲ ਠੀਕ ਠਾਕ ਕਮਰਾ ਮਿਲ ਗਿਆ ਹੋਟਲ ਪਤਾ ਨੀ ਕਿਹੜਾ ਆ ਲੋ ਕਰੋ ਗੱਲ ਪੁੱਛ ਲੋ ਹਾਂ ਚਾਚਾ ਹਾਂ ਚੌਕਾ ਪਹੁੰਚ ਗਿਆ ਨਹੀਂ ਨਹੀਂ ਫਿਲਮ ਦਾ ਕੋਈ ਮਸਲਾ ਨਹੀਂ ਫਿਲਮ ਹੋਈ ਹੋਟਲ ਇਹ ਹੈਗਾ ਆਪਣਾ ਪੀਸੀ ਗੰਡਾ ਹੋਟਲ ਅੱਛਾ ਚਾਚਾ ਤੇਰੇ ਨਾਲ ਇੱਕ ਸ਼ਿਕਾਇਤ ਕਰਨੀ ਆ ਜਿਸ ਲਈ ਆਪਣੇ ਨੌਕਰ ਸਾਲਣ ਸੁਲਣ ਜਿਹਾ ਬਣਾਉਂਦੇ ਹੁੰਦੇ ਨਾ ਛੋਰਾ ਯਾਰਾ ਲੰਬਾ ਰੱਖਿਆ ਕਰੋ ਬੰਦਾ ਲਾ ਲੂ ਕੇ ਖਾ ਲੈਂਦਾ ਹਾਂ ਆ ਚੱਲ ਠੀਕ ਆ ਕਰ ਲਾਗਾ ਫਿਲਮ ਬਣ ਜੂਗੀ ਮੇਰੇ ਤੇ ਵੱਡੇ ਕੰਜਰ ਨਾਲ ਗੱਲ ਹੋਈ ਇੱਕ ਨਾ ਫਿਲਮ ਬਣ ਜੂਗੀ ਟੈਨਸ਼ਨ ਨਹੀਂ ਲੈਣੀ ਮੈਂ ਆਉਣਾ 10 ਦਿਨ 'ਚ ਖਾ 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 ਹੱਡੀ ਨਾ ਮਰਵਾ ਲਈ ਮੂਹੀ ਦੇਖੀ ਧਿਆਨ ਨਾ ਜ਼ਰਾ ਚਾਹ ਫੜ ਮੈਂ ਤੇਲੇ ਪਾਣੀ ਲੈ ਕੇ ਆਉਂਦਾ ਪਾਣੀ ਰੋਟੀ ਚੌਧਰੀ ਸ਼ੋਕੇ ਜੀ ਦਾ ਪਾਣੀ ਬਾਹਰੋਂ ਅੱਲਾ ਫੜ ਪਾਣੀ ਚੌਧਰੀ ਸ਼ੋਕਾ ਨਾਲ ਲੈ ਕੇ ਆਇਆ ਆਪਣੇ ਅੱਲਾ ਫੜ ਪਾਣੀ ਪੀ ਪਾਣੀ ਸਾਫ਼ ਪਾਣੀ ਸਾਫ਼ ਬਿਲਕੁਲ ਸਾਫ਼ ਬਿਲਕੁਲ ਸਾਫ਼
ਕਿੱਥੋਂ ਭਰਿਆ ਵੈਸੇ? ਉਹ ਜਿੱਥੇ ਲਿਖਿਆ ਨਹੀਂ ਹੁੰਦਾ ਜੈਂਟਸ ਇੱਧਰ ਤੇ ਲੇਡੀਜ਼ ਇੱਧਰ? ਉਹ ਕੰਜਰਾ ਮੈਨੂੰ ਗੰਦਾ ਪਾਣੀ ਪਿਲਾਏਗਾ। ਉਹ ਬਹਿ ਜਾ ਬਹਿ ਜਾ, ਤੁਹਾਡੇ ਸ਼ਹਿਰ ਨੇ ਇਹੀ ਮਸਲਾ, ਪੂਰੀ ਗੱਲ ਨਹੀਂ ਸੁਣਦੇ। ਬਹਿ ਜਾ ਥੱਲੇ, ਬਹਿ ਜਾ, ਉੱਥੋਂ ਨਹੀਂ ਭਰਿਆ, ਬਹਿ ਜਾ। ਅੱਛਾ ਫਿਰ ਹੋਰ ਕਿੱਥੋਂ ਭਰਿਆ? ਉਹ ਪੀ ਪੀ ਤੂੰ ਪਾਣੀ ਦੱਸਦਾ ਜਿੱਥੋਂ ਭਰਿਆ। ਭਰਿਆ ਕਿੱਥੋਂ? ਪੀ ਪੀ ਤੂੰ ਸਾਫ਼ ਹੈ? ਹਾਂ ਸਾਫ਼ ਆ, ਸਾਫ਼। ਉਹ ਏਡੀ ਟੂਟੀਆਂ ਥੱਲੇ ਨਹੀਂ ਲੱਗੀਆਂ ਹੁੰਦੀਆਂ, ਉੱਥੋਂ ਭਰਿਆ। ਭਾਈ ਉਹ ਟੂਟੀਆਂ ਪਤਾ ਕੀ ਕਾਨੂੰ ਰੱਖੀਆਂ? ਸ਼ਹਿਰਾਂ 'ਚ ਰਿਵਾਜ਼ ਆ ਬਾਥਰੂਮ 'ਚ ਲੋਟੇ ਲੂਟੇ ਨਹੀਂ ਰੱਖਦੇ, ਬੋਤਲਾਂ ਰੱਖਦੇ। ਉਹ ਅੱਲਾ ਦੇ ਬੰਦਿਆ, ਉੱਥੋਂ ਨਹੀਂ ਭਰਿਆ, ਬਹਿ ਜਾ। ਸਾਰਾ ਸੂਟ ਮੇਰਾ ਖਰਾਬ ਕਰਤਾ, ਡਰਾਈ ਕਲੀਨ ਕਰਾਉਣਾ ਪੈਣਾ ਮੈਨੂੰ। ਮਸੀਂ ਮਸੀਂ ਅੱਬੇ ਨੇ ਕੁੱਤੇ 'ਚ ਕਿਸੋਂ ਆ ਕੇ ਦਿੱਤੀ ਆ। ਬਹਿ ਜਾ ਥੱਲੇ, ਪੀ ਪੀ ਪਾਣੀ। ਅੱਛਾ, ਇੱਕ ਸ਼ਹਿਰੀ ਬੰਦੇ ਨੂੰ ਗੰਦਾ ਪਾਣੀ ਬੁਲਾ ਰਿਹਾ? ਕੋਈ ਨਹੀਂ, ਪੀ ਪੀ। ਵੈਸੇ ਸਾਫ਼ ਹੈ? ਸਾਫ਼ ਪਾਣੀ, ਬਿਲਕੁਲ ਸਾਫ਼। ਪੀਣ ਵਾਲਾ? ਬਿਲਕੁਲ ਸਾਫ਼। ਆਉਂਦਾ ਕਿੱਥੋਂ? ਪੀ ਪੀ। ਉਹ ਜਿਹੜੀਆਂ ਬੋਤਲਾਂ ਭਰ ਕੇ ਰੱਖੀਆਂ ਹੁੰਦੀਆਂ ਥੱਲੇ ਯੈਲੋ ਕੈਬਨ ਦੇ ਵਿੱਚ, ਉਹ ਅੱਲਾ ਦਿਆ ਬੰਦਿਆ, ਉੱਥੋਂ ਨਹੀਂ ਭਰਿਆ। ਪੂਰੀ ਗੱਲ ਤਰ੍ਹਾਂ ਦੱਸ, ਭਰਿਆ ਕਿੱਥੋਂ ਆ? ਪੂਰੀ ਗੱਲ ਤਾਂ ਸੁਣ ਲੈ, ਉੱਥੋਂ ਨਹੀਂ ਭਰਿਆ। ਅੱਲਾ ਦਿਆ ਬੰਦਿਆ, ਗੰਦਾ ਪਾਣੀ ਪਿਲਾਈ ਜਾ ਰਿਹਾ ਤੂੰ? ਮੈਂ ਤੇ ਸਹੀ ਥੱਲੇ, ਉੱਥੋਂ ਨਹੀਂ। ਮੈਂ ਤੇਰੀ ਫਿਲਮ ਕੋਈ ਨਹੀਂ ਬਣਾਣੀ। ਯਾਰ ਉੱਥੋਂ ਨਹੀਂ ਭਰਿਆ, ਤੁਹਾਡੇ ਸ਼ਹਿਰੀਆਂ ਦਾ ਕੀ ਮਸਲਾ ਯਾਰ? ਪਾਣੀ ਪੀ ਤੂੰ। ਸਹੀ ਦੱਸ ਕਿੱਥੋਂ ਭਰਿਆ? ਪਾਣੀ ਪੀ। ਕਿੱਥੋਂ ਭਰਿਆ? ਪਾਣੀ ਪੀ ਤੂੰ। ਇੱਕ ਬੰਦਾ ਲੈ ਕੇ ਜਾ ਡੈਸਕ ਦਾ ਟੈਸਟ ਕਰਾਉਣਾ। ਯਾਰ ਇੱਕ ਮਿੰਟ ਬਹਿ ਥੱਲੇ, ਇੱਥੇ ਬਹਿ ਬਹਿ ਤੇ ਸਹੀ ਯਾਰ ਇੱਕ ਮਿੰਟ। ਅੱਲਾ ਦਿਆ ਬੰਦਿਆ, ਟੈਸਟ ਪਤਾ ਕਿਹੋ ਜਿਹੇ ਪਾਣੀ ਦਾ ਕਰਾਈਦਾ? ਉਹ ਬਹਿ ਤਾਂ ਸਹੀ, ਉੱਥੋਂ ਉਹਦਾ ਨਹੀਂ ਲਿਆ, ਦੂਸਰੀ ਬੋਤਲ ਸੀ ਯਾਰ। ਅੱਛਾ, ਵੈਸੇ ਇੱਕ ਗੱਲ ਹੈ, ਆਪਣੀ ਮਾਂ ਜੇ ਉਹ ਬੰਦਾ ਤੈਨੂੰ ਕਿਤੇ ਟੱਕਰੇ, ਉਹਨੂੰ ਕੀ ਚੋਰੀ, ਤੈਨੂੰ ਸ਼ੂਗਰ ਆ? ਓਏ ਉਹ ਬੋਤਲ ਲਈ ਸੀ, ਉਹ ਦੂਸਰੀ ਬੋਤਲ ਸੀ। ਆਪਣੇ ਮਾਂ ਨਾਲ ਦੱਸ, ਇੰਨਾ ਠੰਡਾ ਹੁੰਦਾ ਨਹੀਂ? ਵੈਸੇ ਇੰਨਾ ਠੰਡਾ ਤਾਂ ਨਹੀਂ ਹੁੰਦਾ। ਆ ਦੇ ਉਹ ਪਾਣੀ। ਹਾਂ, ਹੁਣ ਯਕੀਨ ਹੋ ਗਿਆ ਪਾਣੀ ਸਾਫ਼। ਮੈਨੂੰ ਪਿਛਲੀ ਗੱਲ ਯਾਦ ਆ ਗਈ ਸੀ। ਕੋਈ ਹਾਲ ਨਹੀਂ ਤੇਰਾ ਵੀ। ਪੀਸੀ ਗੰਡਾ ਹੋਟਲ ਕੇ ਲਈ ਜ਼ੋਰਦਾਰ ਤਾਲੀਆਂ।